ਨੋਵਲ ਉਨੀਂਦੀ ਅੱਖ ਦਾ ਸੁਪਨਾ ਦਾ 14ਵਾਂ ਕਾਂਡ ਐਲਐਲਬੀ ਦਾ ਰਿਜ਼ਲਟ ਆਇਆ ਵੀਰੇ ਨੂੰ ਫੋਨ ਕਰਕੇ ਦੱਸਿਆ ਉਹ ਖੁਸ਼ ਹੈ ਪ੍ਰੈਕਟਿਸ ਸ਼ੁਰੂ ਕਰਨੀ ਕਹਿ ਰਿਹਾ ਹੈ ਪਰ ਮੇਰਾ ਮਨ ਉਦਾਸ ਹੈ ਪਹਿਲੀ ਵਾਰ ਨੂਪਰ ਤੋਂ ਬਿਨਾਂ ਰਿਜ਼ਲਟ ਦੀ ਖੁਸ਼ੀ ਮਨਾ ਰਹੀਆਂ ਉਹਦੀ ਕੋਈ ਖਬਰ ਨਹੀਂ ਉਹਨੇ ਸਾਰੇ ਰਿਸ਼ਤੇ ਤੋੜ ਦਿੱਤੇ ਹਨ ਆਂਟੀ ਅੰਕਲ ਦਾ ਜੀਣਾ ਔਖਾ ਕਰ ਦਿੰਦਾ ਹੈ ਅੱਜ ਉਹ ਵੀ ਉਦਾਸ ਹੋਈ ਹੋਏਗੀ ਮਨ 'ਚ ਸੋਚ ਰਹੀਆਂ ਮੋਬਾਈਲ ਦੀ ਰਿੰਗ ਵੱਜੀ ਐ ਮੈਂ ਔਨ ਕਰਕੇ ਕੰਨ ਨਾਲ ਲਾਇਆ ਅੱਗੋਂ ਆਵਾਜ਼ ਆਈ ਐ ਹੈਲੋ ਕਰਮ ਮਾਈ ਡੀਅਰ ਫਰੈਂਡ ਮੈਨੂੰ ਆਵਾਜ਼ ਸੁਣ ਕੇ ਵਿਸ਼ਵਾਸ ਨਹੀਂ ਹੋ ਰਿਹਾ ਨੂਫਰ ਤੂੰ ਖੁਸ਼ੀ ਨਾਲ ਉੱਛਲ ਗਿਆ ਜ਼ਬਾਨ ਬੰਦ ਹੋ ਗਈ ਐ ਇੱਕ ਦੂਜੇ ਨੂੰ ਮਹਿਸੂਸ ਕਰਨ ਲੱਗੀਆਂ ਫਿਰ ਦੋਵਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਗਲੇ ਸ਼ਿਕਵੇ ਦੂਰ ਹੋ ਗਏ ਬਚਪਨ ਵਾਲਾ ਪਿਆਰ ਮਹਿਸੂਸ ਹੋਣ ਲੱਗਾ ਐ ਉਹ ਬਹੁਤ ਗੱਲਾਂ ਕਰਨੀਆਂ ਚਾਹੁੰਦੀ ਐ ਉਹਨੂੰ ਮੰਮੀ ਪਾਪਾ ਯਾਦ ਦੀ ਯਾਦ ਸਤਾਉਂਦੀ ਐ ਉਦੀ ਉਦਾਸੀ ਉਦਾਸ ਕਰ ਰਹੀ ਹੈ ਮੈਂ ਮਾਂ ਨੂੰ ਦੱਸਿਆ ਉਹਨੇ ਆਂਟੀ ਨਾਲ ਗੱਲ ਕੀਤੀ ਹੈ ਉਹ ਅੰਕਲ ਦੇ ਗੁੱਸੇ ਤੋਂ ਡਰਦੀ ਹੈ ਪਰ ਉਹਨਾਂ ਦੀ ਸਹਿਮਤੀ ਨਾਲ ਮੈਨੂੰ ਉੱਪਰ ਨੂੰ ਮਿਲਣ ਦਾ ਵਾਅਦਾ ਕਰ ਲਿਆ ਆਂਟੀ ਦੀ ਮਮਤਾ ਉਹਨੂੰ ਰੋਕ ਨਹੀਂ ਸਕੀ ਉਹਨੇ ਮੈਨੂੰ ਅੰਕਲ ਤੋਂ ਚੋਰੀ ਨੂੰਪਰ ਦੀਆਂ ਪਸੰਦ ਦੀਆਂ ਚੀਜ਼ਾਂ ਤੇ ਕੱਪੜੇ ਲਪਾਫੇ ਵਿੱਚ ਪਾ ਕੇ ਦਿੱਤੇ ਬਚਪਨ ਤੋਂ ਮਨਮਰਜ਼ੀ ਤੇ ਜ਼ਿੱਦ ਨਾਲ ਹਰ ਗੱਲ ਮਨਵਾਉਣ ਵਾਲੀ ਨੂੰ ਪਰ ਦੀ ਜ਼ਿੰਦਗੀ ਕਿਵੇਂ ਗੁਜ਼ਰਰੀ ਹੋਏਗੀ ਇਹ ਸਵਾਲ ਤੇ ਫਿਕਰ ਨਾਲ ਮੈਂ ਸਕੂਟਰੀ ਤੇਜ਼ ਕਰ ਦਿੱਤੀ ਉਹ ਕਾਲਜ ਕੈਂਟੀਨ ਚ ਬੈਠੀ ਐ ਮੈਨੂੰ ਵੇਖ ਕੇ ਕਾਲੀ ਨਾਲ ਉੱਠੀ ਐ ਅਸੀਂ ਇੱਕ ਦੂਜੀ ਨੂੰ ਜੱਫੀ ਪਾ ਕੇ ਮਿਲਿਆ ਹੱਥਾਂ ਚ ਹੱਥ ਲੈ ਗੱਲਾਂ ਕਰਨ ਲੱਗੀਆਂ ਉਹਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਉਹ ਜੀਵਨ ਤੋਂ ਸੰਤੁਸ਼ਟ ਨਹੀਂ ਉਹਦੇ ਮਨ ਨੂੰ ਚੈਨ ਨਹੀਂ ਨੂੰ ਪਰ ਸੱਚ ਦੱਸ ਤੂੰ ਆਪਣੇ ਫੈਸਲੇ ਤੋਂ ਸੰਤੁਸ਼ਟ ਹੈ ਮੈਂ ਸਿੱਧਾ ਸਵਾਲ ਕਰ ਦਿੱਤਾ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲੀ ਕਰਮ ਮୋਹੇ ਦਾ ਪਰਿਵਾਰ ਬੜਾ ਸਧਾਰਨ ਜਿਹਾ ਉਹ ਸਾਂਝੇ ਪਰਿਵਾਰ 'ਚ ਰਹਿੰਦੇ ਨੇ ਉਹਨਾਂ ਦੀਆਂ ਲੋੜਾਂ ਸੀਮਤ ਹਨ ਮੈਨੂੰ ਉਸ ਮਾਹੌਲ 'ਚ ਘੁੱਟਣ ਮਹਿਸੂਸ ਹੁੰਦੀ ਸੀ ਮੇਰੀ ਖੁਸ਼ੀ ਲਈ 모ਹਿਤ ਨੇ ਅਲੱਗ ਘਰ ਕਰ ਕੇ ਰਾਇਤੀ ਲੈ ਲਿਆ ਉਹ ਮੇਰੀ ਹਰ ਇੱਛਾ ਪੂਰੀ ਕਰਦਾ ਹੈ ਉਹਦੀ ਗੱਲ ਸੁਣ ਕੇ ਮੈਂ ਸੋਚੀ ਪੈ ਗਈ 모ਹਿਤ ਚਾਦਰ ਵੇਖ ਕੇ ਪੈਰ ਪਸਾਰਨ ਵਾਲਾ ਇਨਸਾਨ ਹੈ ਉਸ ਦਿਨ ਕੀ ਹੋਏਗਾ ਜਦੋਂ ਨੂਪਰ ਦੀਆਂ ਵੱਡੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਅਸਮਰਥ ਹੋ ਗਿਆ ਮੈਨੂੰ ਆਉਣ ਵਾਲੇ ਖਤਰੇ ਦੀ ਆਹਟ ਸੁਣਾਈ ਦੇਣ ਲੱਗੀ ਹੈ ਕਾਫੀ ਗੱਲਾਂ ਕਰਨ ਤੋਂ ਬਾਅਦ ਅਸੀਂ ਫੇਰ ਮਿਲਣ ਦਾ ਵਾਅਦਾ ਕਰਕੇ ਉੱਠੀਆਂ ਹਾਂ ਘਰ ਆ ਕੇ ਮਾਂ ਤੇ ਆਂਟੀ ਨੂੰ ਸਭ ਗੱਲਾਂ ਦੱਸੀਆਂ ਉਹ ਉਦਾਸ ਹੋ ਗਈਆਂ ਭੈਣ ਆਂਟੀ ਨੂੰ ਨੂਪਰ ਨੂੰ ਮਿਲ ਕੇ ਸਮਝਾਉਣ ਲਈ ਕਿਹਾ ਪਰ ਉਹ ਅੰਕਲ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਆਂਟੀ ਦੇ ਕਹਿਣ ਤੇ ਮੈਂ ਉਹਨੂੰ ਮਿਲਦੀ ਰਹਿਣੀ ਆ ਹਮੇਸ਼ਾ ਖੁਸ਼ ਰਹਿਣ ਵਾਲੀ ਨੂਪਰ ਫਿਕਰਾਂ 'ਚ ਡੁੱਬ ਚੁੱਕੀ ਐ ਸਹਰੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੀਆਂ ਗੱਲਾਂ ਕਰਦੀ ਦੁਖੀ ਹੁੰਦੀ ਐ ਉਹਨੇ ਆਪਣੀ ਆਜ਼ਾਦੀ ਦਫ਼ਨ ਕਰ ਲਈ ਐ ਮੋਹਿਤ ਫੋਨ ਕਰਕੇ ਨੂਪਰ ਨੂੰ ਸਮਝਾਉਣ ਲਈ ਕਹਿੰਦਾ ਹੈ ਉਹ ਪਤਨੀ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਘਰ ਫਸ ਚੁੱਕਾ ਹੈ ਮੈਂ ਸਭ ਤੋਂ ਚੋਰੀ ਉਹਨਾਂ ਦੇ ਨਿਬੇੜੇ ਕਰ ਰਹੀਆਂ ਨੂਪਰ ਨੂੰ ਮਮਾ ਪਾਪਾ ਕੋਲ ਰਹਿੰਦੇ ਆ ਮੋਹਿਤ ਕੋਲ ਜਾਣ ਦੀ ਕਾਲ ਸੀ ਹੁਣ ਉਸ ਕੋਲ ਰਹਿੰਦੇ ਆ ਮਾ ਪਾਪਾ ਨੂੰ ਮਿਲਣ ਦੀ ਕਾਲ ਹੈ ਉਹਦੀ ਹਾਲਤ ਵੇਖ ਕੇ ਆਂਟੀ ਦਾ ਸੁਪਨਾ ਯਾਦ ਆ ਰਿਹਾ ਹੈ ਨੂਪਰ ਡੂੰਘੇ ਸਮੁੰਦਰ ਚ ਗੋਤੇ ਖਾ ਰਹੀ ਹੈ ਕਿਨਾਰੇ ਉਹਦੀ ਪਹੁੰਚ ਤੋਂ ਦੂਰ ਹੋ ਰਹੀ ਹੈ ਦਰਿਆ ਚ ਬੇੜੀ ਤੈਰ ਰਹੀ ਹੈ ਦੂਜੇ ਪਾਸੇ ਚੱਪੂ ਤੈਰ ਰਿਹਾ ਹੈ। ਉਹਨੂੰ ਸਮਝ ਨਹੀਂ ਆ ਰਹੀ। ਪਹਿਲਾਂ ਚੱਪੂ ਫੜੇ ਜਾਂ ਬੇੜੀ ਕਿਸੇ ਫੈਸਲੇ ਤੇ ਨਹੀਂ ਪਹੁੰਚ ਰਹੀ। ਪਾਣੀ ਦੀ ਵੱਡੀ ਛਾਲ ਆਈ। ਉਹਨੂੰ ਰੋੜ ਕੇ ਲੈ ਗਿਆ। ਮੈਂ ਘਬਰਾ ਕੇ ਉਹਨੂੰ ਫੋਨ ਕੀਤਾ। ਵੇਖੀ ਹੁਣ ਕੋਈ ਹੋਰ ਗਲਤੀ ਨਾ ਕਰੇ। ਉਹ ਹੱਸ ਕੇ ਬੋਲੀ, "ਕਰਮ ਫਿਕਰ ਨਾ ਕਰ। ਮੈਂ ਬਹੁਤ ਖੁਸ਼ ਹਾਂ। ਮੁਹਿਤ ਨੇ ਲੋਨ ਅਪਲਾਈ ਕੀਤਾ। ਅਸੀਂ ਜਲਦੀ ਨਵੀਂ ਕੋਠੀ 'ਚ ਜਾ ਰਹੇ ਹਾਂ।" ਉਹਦੀ ਖੁਸ਼ੀ ਨਾਲ ਮੈਂ ਖੁਸ਼ ਨਹੀਂ ਹੋਈ। ਮੈਂ ਉਹਨੂੰ ਬਚਪਨ ਤੋਂ ਜਾਣਦੀ ਹਾਂ। ਉਹ ਖੁਸ਼ੀ ਨਵੀਂ ਇੱਛਾ ਦਾ ਜਨਮ ਹੋਣ ਤੱਕ ਜਨਮ ਹੋਣ ਤੱਕ ਬਣੀ ਰਹੇਗੀ ਇੱਛਾ ਜਾਗਦਿਆਂ ਹੀ ਝਟਕਣਾ ਸ਼ੁਰੂ ਹੋ ਜਾਏਗੀ ਮਾਂ ਦਾ ਫਿਕਰ ਵੀਰੇ ਦੀ ਚਿੰਤਾ ਨੂਪਰ ਦੇ ਸੁਪਨੇ ਮੋਹੇ ਦਾ ਬੋਝ ਆਂਟੀ ਦੀ ਉਦਾਸੀ ਮੇਰੇ ਉੱਤੇ ਭਾਰੂ ਹੋਣ ਲੱਗੇ ਹਨ ਮੈਂ ਇਸ ਬੋਝ ਵਿੱਚੋਂ ਨਿਕਲਣਾ ਚਾਹੁੰਦੀ ਆ ਖੁਦ ਨੂੰ ਕਿਸੇ ਕੰਮ 'ਚ ਰੁੱਝਿਆ ਰੱਖਣਾ ਚਾਹੁੰਦੀ ਆ ਮਾਂ ਨਾਲ ਗੱਲ ਕਰਕੇ ਵਕਾਲਤ ਦੀ ਪ੍ਰੈਕਟਿਸ ਕਰਨ ਬਾਰੇ ਸੋਚਣ ਲੱਗੀ ਆ ਉਹਨੇ ਅੰਕਲ ਨਾਲ ਸਲਾਹ ਕੀਤੀ ਅੰਕਲ ਨੇ ਕੁਝ ਵਕੀਲਾਂ ਦਾ ਪਤਾ ਕੀਤਾ ਕਰਮ ਤੇਰੀ ਆਂਟੀ ਦਾ ਫੋਨ ਆ ਰਿਹਾ ਗੱਲ ਕਰ ਲੈ मां फोन ਫੜਾਉਂਦੀ ਬੋਲੀ ਏ ਬੇਟਾ ਤੇਰੇ ਅੰਕਲ ਨੇ ਐਡਵੋਕੇਟ ਅਮਨ ਨਾਲ ਗੱਲ ਕੀਤੀ ਏ ਤੂੰ ਉਸ ਨਾਲ ਰਹਿ ਕੇ ਪ੍ਰੈਕਟਿਸ ਕਰ ਸਕਦੀ ਏ ਨਾਲ ਕੰਪੀਟੀਸ਼ਨ ਦੀ ਤਿਆਰੀ ਵੀ ਕਰਦੀ ਰਹੀਂ ਆਂਟੀ ਦੱਸ ਰਹੀ ਏ ਮੈਂ ਮਾਂ ਤੇ ਵੀਰੇ ਨਾਲ ਗੱਲ ਕੀਤੀ ਏ ਉਹਨਾਂ ਦੀ ਸਹਿਮਤੀ ਨਾਲ ਅੰਕਲ ਨੇ ਮੈਨੂੰ ਅਮਨ ਨਾਲ ਮਿਲਾ ਦਿੱਤਾ ਐਡਵੋਕੇਟ ਅਮਨ ਕਾਲਜ ਸ ਮੇਰਾ ਸੀਨੀਅਰ ਰਹਿ ਚੁੱਕਾ ਏ ਉਹਨੇ ਪ੍ਰੈਕਟਿਸ ਲਈ ਹਾਂ ਕਰ ਦਿੱਤੀ ਏ ਸਵੇਰ ਤੋਂ ਸ਼ਾਮ ਤੱਕ ਕੰਮ 'ਚ ਰੁਚੀ ਰਹਿਣ ਕਰਕੇ ਬਹੁਤ ਸਾਰੇ ਫਿਕਰਾਂ ਤੋਂ ਦੂਰ ਰਹਾਂਗੀ ਇਹ ਸੋਚ ਕੇ ਆਫਿਸ ਜਾਣ ਲੱਗੀ ਆ ਮਨ ਸ਼ਾਂਤ ਰਹਿਣ ਲੱਗਾ ਕਰਮ ਆਫਿਸ ਤੋਂ ਆਉਂਦੀ ਨੂਪਰ ਨੂੰ ਮਿਲਾਂ ਮੈਂ ਤੇਰੀ ਆਂਟੀ ਫਿਕਰ ਕਰਦੀ ਐ ਸਕੂਟਰੀ ਉੱਤੇ ਬੈਠੀ ਨੂੰ ਮਾਂ ਨੇ ਕਾਲੀ ਨਾਲ ਕਿਹਾ ਮੈਂ ਹਾਂਝ ਸਿਰ ਹਿਲਾ ਕੇ ਚੱਲ ਪਈਆਂ ਅਮਨ ਡਿਸਟ੍ਰਿਕਟ ਕੋਰਟ ਵਿੱਚ ਕੇਸ ਫਾਈਲ ਕਰਨ ਜਾ ਰਿਹਾ ਮੈਂ ਉਹਨੂੰ ਜਾਣ ਬਾਰੇ ਪੁੱਛ ਕੇ ਆਫਿਸ ਤੋਂ ਕਾਲੀ ਨਾਲ ਨਿਕਲੀ ਆ ਮੈਨੂੰ ਵੇਖ ਕੇ ਨੂਪਰ ਖੁਸ਼ ਹੋ ਗਈ ਪਰ ਉਹਦਾ ਚਿਹਰਾ ਉਤਰਿਆ ਹੋਇਆ ਮੋਹਿਤ ਘਰ ਨਹੀਂ ਐ ਮੈਂ ਉਸ ਸੰਦਰ ਉੱਡ ਰਹੇ ਵਾਬ ਰੋਲੇ ਫੜਨ ਦੀ ਕੋਸ਼ਿਸ਼ ਕਰਨ ਲੱਗਦੀ ਆ ਮੈਂ ਬੈਠ ਤੀ ਪੁੱਛਿਆ ਤੂੰ ਮੇਰੇ ਤੋਂ ਕੁਝ ਨਹੀਂ ਲੁਕਾ ਸਕਦੀ ਮੈਂ ਤਾਂ ਮਾਨਸਿਕ ਯੁੱਧ ਲੜਦੇ ਇਨਸਾਨਾਂ 'ਚ ਰਹਿ ਕੇ ਵੱਡੀ ਹੋਈ ਆ ਹਾਲਾਤਾਂ ਨੇ ਉਹਦੀ ਮਾਨਸਿਕ ਸ਼ਕਤੀ ਕਮਜ਼ੋਰ ਕਰ ਦਿੱਤੀ ਉਹ ਬੋਲੀ ਹੈ ਕਰ ਮੈਂ ਬੰਦਸ਼ਾਂ ਵਾਲੀ ਚਾਰਦੁਆਰੀ 'ਚ ਨਹੀਂ ਰਹਿ ਸਕਦੀ ਕਿਉਂ ਤੂੰ ਤਾਂ ਕਹਿ ਰਹੀ ਸੀ ਨਵੀਂ ਕੋਠੀ 'ਚ ਜਾ ਰਹੇ ਆ ਮੈਂ ਪੁੱਛਿਆ ਮੋਹਿਤ ਦੇ ਘਰ ਵਾਲਿਆਂ ਨੇ ਲੋਨ پاس ਨਹੀਂ ਹੋਣ ਦਿੱਤਾ ਉਹ ਗੁੱਸੇ ਨਾਲ ਬੋਲ ਕੇ ਚੁੱਪ ਹੋ ਗਈ ਹੈ ਉਹਨੂੰ ਚੁੱਪ ਵੇਖ ਕੇ ਮੈਂ ਉਹਦਾ ਹੱਥ ਫੜ ਲਿਆ ਉਹ ਫੇਰ ਬੋਲੀ ਮੇਰੇ ਅੰਦਰ ਅਜੀਬ ਖਿਆਲ ਘੁੰਮਦੇ ਰਹਿੰਦੇ ਨੇ ਜੇ ਤੈਨੂੰ ਕੁਝ ਦਿਨ ਪਹਿਲਾਂ ਦੀ ਗੱਲ ਦੱਸਾਂ ਤੂੰ ਤਾਂ ਸ਼ਾਇਦ ਮੈਨੂੰ ਮਾਫ਼ ਨਾ ਕਰੇ ਉਹ ਅਧੂਰੀ ਗੱਲ ਕਰਕੇ ਚੁੱਪ ਹੋ ਗਈ ਉਹਦਾ ਹੌਸਲਾ ਵਧਾਉਣ ਲਈ ਮੈਂ ਉਹਦੇ ਮੋਢੇ ਤੇ ਪਿਆਰ ਨਾਲ ਹੱਥ ਰੱਖਿਆ ਉਹਨੇ ਬੋਲਣਾ ਸ਼ੁਰੂ ਕੀਤਾ ਕਰਮ ਮੈਂ ਮੋਹੇਤ ਤੋਂ ਦੂਰ ਰਹਿਣਾ ਚਾਹੁੰਦੀ ਆ ਮਨ ਚੋਂ ਤੋ ਛੁਟਕਾਰਾ ਪਾਉਣ ਦੀਆਂ ਵੀ ਉੰਤਾਂ ਘੜਦੀ ਰਹਿਣੀ ਆ ਉਹਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਡੀਆਂ ਰਹਿ ਗਈਆਂ ਬੁੱਲ ਸੀਤੇ ਗਏ ਉਹ ਬੋਲ ਰਹੀ ਐ ਮੇਰੇ ਖਿਆਲ ਮੈਨੂੰ ਗਲਤ ਰਾਹਾਂ ਵੱਲ ਧੱਕਣ ਲੱਗਦੇ ਨੇ ਇੱਕ ਰਾਤ ਮੈਂ ਸੁੱਤੇ ਪਏ ਮੋਹਨ ਦੇ ਸੀਨੇ 'ਚ ਤਿੱਖਾ ਖੰਜਰ ਖੋਬੋ ਦਿੱਤਾ ਸਾਰੇ ਪਾਸੇ ਖੂਨ ਫੈਲ ਗਿਆ ਡਰ 'ਚ ਕੁਝ ਨਾ ਸੁਝਿਆ ਉਹਨੂੰ ਇੱਕ ਅਟੈਚੀ 'ਚ ਬੰਦ ਕਰ ਦਿੱਤਾ ਜਦੋਂ ਅਟੈਚੀ ਨੂੰ ਹੱਥ ਪਾਇਆ ਮੇਰੇ ਹੱਥ ਖੂਨ ਨਾਲ ਲਾਲ ਹੋ ਗਏ ਹੱਥਾਂ 'ਤੇ ਕਦੀ ਮਹਿੰਦੀ ਤੇ ਕਦੀ ਖੂਨ ਦੇਸਣ ਲੱਗਾ ਟੁੱਟੀ ਤੇ ਜਾ ਕੇ ਹੱਥ ਧੋਤੇ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰੇ ਹੋਸ਼ ਆਉਣ ਤੇ ਆਪਣੇ ਆਪ ਨਾਲ ਨਫ਼ਰਤ ਹੋਣ ਲੱਗੀ ਕੱਲੀ ਬੈਠੀ ਰੋਂਦੀ ਰਹੀ ਜਦੋਂ 모히ਤ ਘਰ ਆਇਆ ਮੇਰੀ ਜਾਨ ਚ ਜਾਨ ਆਈ ਫਿਰ ਸਮਝ ਆਈ ਕਿ ਸਭ ਮੇਰੇ ਦਿਮਾਗ ਛੋ ਰਿਹਾ ਹੈ ਕੁਝ ਦਿਨ ਉਸ ਲਈ ਪਿਆਰ ਭਰੇ ਖਿਆਲ ਆਉਂਦੇ ਹਨ ਫਿਰ ਉਹੀ ਵਿਅੰਤਾਂ ਘੜਨ ਲੱਗਦੀਆਂ ਕਰਮ 모히ਤ ਮੇਰਾ ਪਿਆਰ ਹੈ ਮੈਂ ਉਸ ਬਾਰੇ ਅਜੇ ਕਿਵੇਂ ਸੋਚ ਸਕਦੀ ਹਾਂ ਉਹਦੀਆਂ ਗੱਲਾਂ ਸੁਣ ਮੇਰੀਆਂ ਨਸਾਂ ਚ ਖੂਨ ਜੰਮ ਗਿਆ ਉਸ ਉੱਤੇ ਖੇ ਜਾ ਰਹੀ ਹੈ ਘੁੰਮਣਾ ਦੀ ਮਾਈ ਦੀ ਗੱਲ ਯਾਦ ਆ ਰਹੀ ਹੈ ਜਦੋਂ ਇੱਛਾਵਾਂ ਮਨ ਤੇ ਕਾਬੂ ਕਰ ਲੈਂਦੀਆਂ ਨੇ ਉਦੋਂ ਪਿਆਰ ਦੀਆਂ ਭਾਵਨਾਵਾਂ ਦਫਨ ਹੋਣ ਲੱਗਦੀਆਂ ਨੇ ਉਸ ਕੋਲ ਸਬਰ ਤੇ ਹੌਸਲਾ ਨਹੀਂ ਹੈ ਜੋ ਸੋਚ ਲਿਆ ਉਦੋਂ ਹੀ ਪੂਰਾ ਕਰਨਾ ਜ਼ਰੂਰੀ ਨਹੀਂ ਹੁੰਦਾ ਇਹ ਹੀ ਗੱਲ ਉਹਨੂੰ ਸਮਝ ਨਹੀਂ ਆ ਸਕਦੀ ਵੇਖ ਨੂਪਰ ਮੋਹਿਤ ਨੂੰ ਤੂੰ ਆਪ ਚੁਣਿਆ ਇਹ ਫੈਸਲਾ ਤੇਰਾ ਸੀ ਆਪਣਾ ਪਿਆਰ ਤੇ ਪ੍ਰੇਮੀ ਤੂੰ ਖੁਦ ਸੰਭਾਲਣਾ ਮੈਂ ਦਿਲਾਸਾ ਦਿੰਦੇ ਆ ਉਹਨੂੰ ਜੱਫੀ ਪਾ ਲਈ ਐ ਉਹ ਕੁਝ ਨਹੀਂ ਬੋਲੀ ਮੈਂ ਉਹਦਾ ਚਿਹਰਾ ਆਪਣੇ ਵੱਲ ਘੁਮਾ ਕੇ ਬੋਲੀ ਆ ਨੂਪਰ ਸ਼ਾਮ ਹੋ ਰਹੀ ਐ ਮੈਂ ਲੇਟ ਹੋ ਜਾਵਾਂਗੀ ਆਪਣਾ ਧਿਆਨ ਰੱਖੀ ਜਲਦੀ ਮਿਲਣ ਆਵਾਂਗੀ ਤੂੰ ਮੇਰੀ ਇੱਕ ਗੱਲ ਮੰਨ ਪਹਿਲਾਂ ਸਟੱਡੀ ਪੂਰੀ ਕਰ ਬਾਹਰ ਨਿਕਲेंगी ਮਨੁ ਦਾਸ ਨਹੀਂ ਹੋਏਗਾ ਉਹ ਚੁੱਪ ਹੈ ਮੈਂ ਉਹਨੂੰ ਹੌਸਲਾ ਦੇ ਕੇ ਖੁਦ ਨਵੀਆਂ ਚਿੰਤਾਵਾਂ ਦਾ ਬੋਝ ਚੁੱਕ ਘਰ ਆ ਗਈਆਂ ਘਰ ਆ ਕੇ ਕੁਝ ਨਹੀਂ ਬੋਲੀ ਸਭ ਨੂੰ ਸਭ ਨੂੰ ਠੀਕ ਕਹਿ ਕੇ ਟਾਲ ਦਿੱਤਾ ਹੈ ਮੈਨੂੰ ਇੱਛਾਵਾਂ ਸਾਹਮਣੇ ਰਿਸ਼ਤਿਆਂ ਦਾ ਟੁੱਟਣਾ ਸਮਝ ਨਹੀਂ ਆ ਰਿਹਾ ਮੈਂ ਨਾਨੀ ਨੂੰ ਜੱਫੀ ਪਾ ਕੇ ਉਸ ਨਾਲ ਪੈਂਦਿਆਂ ਪੁੱਛਿਆ ਨਾਨੀ ਇੱਛਾਵਾਂ ਖਤਮ ਕਰਨ ਲਈ ਇੰਦਰੀਆਂ ਨੂੰ ਮਾਰਨਾ ਪੈਂਦਾ ਹੈ। ਇੰਦਰੀਆਂ ਮਾਰ ਕੇ ਕਦੇ ਇੱਛਾਵਾਂ ਨਹੀਂ ਮੁੱਕ ਸਕਦੀਆਂ। ਉਹਨੇ ਮੇਰਾ ਸਿਰ ਪਲੋਸਦੇ ਹੋਏ ਕਿਹਾ। ਘੁੰਮਣਾ ਦੀ ਮਾਈ ਵੀ ਇਹੀ ਕਹਿੰਦੀ ਹੈ ਜਦੋਂ ਆਤਮਾ ਤ੍ਰਿਪਤ ਹੁੰਦੀ ਹੈ ਫਿਰ ਸਾਰੇ ਆਰਾਮ ਫਿੱਕੇ ਲੱਗਦੇ ਨੇ। ਸਬਰ ਰੱਖ ਕੇ ਸਮੇਂ ਨਾਲ ਤੁਰਨਾ ਪੈਂਦਾ ਹੈ। ਮੈਨੂੰ ਘੁੰਮਣਾ ਦੀ ਮਾਈ ਤੇ ਨਾਨੀ ਇੱਕ ਹੋਈਆਂ ਮਹਿਸੂਸ ਹੋ ਰਹੀਆਂ। ਚੱਲ ਸੌਂ ਜਾ ਹੁਣ ਸਵੇਰੇ ਛੇਤੀ ਉੱਠਣਾ ਹੁੰਦਾ ਹੈ। ਨਾਨੀ ਮੈਨੂੰ ਥਾਪੜ ਦੀ ਬੋਲੀ ਹੈ। ਉੱਠਦੇ ਹੀ ਮੋਹੇ ਦਾ ਫੋਨ ਆ ਰਿਹਾ ਹੈ। ਉਹ ਮੈਨੂੰ ਮਿਲਣਾ ਚਾਹੁੰਦਾ ਮੈਂ ਫਿਕਰ ਚ ਆਫਿਸ ਪਹੁੰਚੀ ਆ ਹੁਣ ਉੱਪਰ ਨੇ ਪਤਾ ਨਹੀਂ ਕੀ ਕੀਤਾ ਹੋਣਾ ਉਹਨੇ ਆਉਂਦੀਆਂ ਹੀ ਸ਼ਿਕਾਇਤਾਂ ਦੀ ਲਿਸਟ ਮੇਰੇ ਅੱਗੇ ਰੱਖ ਦਿੱਤੀ ਉਹ ਪਰੇਸ਼ਾਨ ਹੋਇਆ ਬੋਲ ਰਿਹਾ ਕਰਮ ਸੁੱਖ ਸੁਹੂਲਤਾਂ ਸਾਹਮਣੇ ਸਾਡਾ ਪਿਆਰ ਫਿੱਕਾ ਪੈ ਚੁੱਕਿਆ ਉਹਨੂੰ ਰਹਿਣ ਲਈ ਵੱਡਾ ਘਰ ਘਰ ਚ ਸਾਰੀਆਂ ਸੁੱਖ ਆਰਾਮ ਦੀਆਂ ਅਵਸਥਾ ਘੁੰਮਣ ਲਈ ਕਾਰ ਚਾਹੀਦੀ ਮੇਰੀ ਮਾਂ ਲਈ ਹਾਲਤ ਉਹਦੇ ਸਾਹਮਣੇ ਹੈ ਪਰ ਉਹ ਕੁਝ ਨਹੀਂ ਸੁਣਨਾ ਚਾਹੁੰਦੀ ਉਹਦੀਆਂ ਇੱਛਾਵਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਦੋਹਾਂ ਨੂੰ ਸਮਝਾਉਣਾ ਮੇਰੇ ਵਾਸਤੇ ਬਾਹਰ ਹੋ ਰਿਹਾ ਹੈ ਘੁੰਮਣਾ ਦੀ ਮਾਈ ਦੀ ਕਹੀ ਗੱਲ ਮੇਰੀ ਉਮੀਦ ਦੀ ਕਿਰਨ ਸੀ ਸਮੁੰਦਰ ਕੰਡੇ ਬਣਿਆ ਰੇਤ ਦਾ ਘਰ ਪਾਣੀ ਦੀ ਲਹਿਰ ਰੋੜ ਕੇ ਲੈ ਜਾਂਦੀ ਹੈ ਪਰ ਅਗਲੇ ਪਲ ਉਥੇ ਨਵਾਂ ਘਰ ਉਸਰਿਆ ਦਿਸਣ ਲੱਗਦਾ ਹੈ ਪਰ ਨੂਪਰ ਦੀ ਜ਼ਿੱਦ ਤੇ ਗੁੱਸਾ ਘਰ ਨੂੰ ਸਾਰਿਆਂ ਨਹੀਂ ਰਹਿਣ ਦੇਣਗੇ ਮੈਨੂੰ ਬਚਪਨ ਦੀ ਘਟਨਾ ਯਾਦ ਆਉਂਦੀ ਹੈ ਅਸੀਂ ਮਿੱਟੀ 'ਚ ਘਰ ਬਣਾਉਣ ਖੇਡਦਿਆਂ ਨੂਪਰ ਜ਼ਿੱਦ ਨਾਲ ਬਣੇ ਹੋਏ ਘਰ ਪੈਰ ਮਾਰ ਕੇ ਢਾ ਦਿੰਦੀ ਬਾਕੀ ਕੁੜੀਆਂ ਵੀ ਪੈਰ ਮਾਰਦੀਆਂ ਉੱਚੀ ਉੱਚੀ ਗਾਉਂਦੀਆਂ ਹੱਥਾਂ ਨਾਲ ਬਣਾਵਾਂਗੇ ਪੈਰਾਂ ਨਾਲ ਢਾਵਾਂਗੇ ਨਿਰਾਸ਼ਾ ਨੇ ਮੇਰਾ ਹੌਸਲਾ ਢਾਹ ਦਿੱਤਾ ਮੈਂ ਥੱਕੀ ਹੋਈ ਘਰ ਪਹੁੰਚੀ ਆ ਨਸੀਬੂ ਵੇੜੇ 'ਚ ਦੋ ਬੱਚਿਆਂ ਨੂੰ ਲੈ ਕੇ ਬੈਠੀ ਐ ਉਹ ਮਾਂ ਨੂੰ ਦੱਸ ਰਹੀ ਐ ਸਰਦਾਰਨੀ ਇਹ ਮੇਰੀ ਪੋਤੀ ਕੰਮੋ ਤੇ ਦੋਤਾ ਦੀਪੂ ਨੇ ਸ਼ਹਿਰ ਰਹਿੰਦੇ ਮੈਂ ਇਹਨਾਂ ਨੂੰ ਤੁਹਾਡੀਆਂ ਗੱਲਾਂ ਸੁਣਾਉਂਦੀ ਆ ਵੱਡੇ ਹੋ ਕੇ ਤੇਰੇ ਨਿਆਣਿਆਂ ਵਰਗੇ ਸਿਆਣੇ ਬਣਨ ਉਹ ਮੇਰੇ ਵੱਲ ਵੇਖ ਕੇ ਮੁਸਕਰਾਏ ਹਨ ਮੈਂ ਪਰਸ ਤੋਂ ਟੌਫੀਆਂ ਕੱਢ ਦਿੱਤੀਆਂ ਹਨ ਮਾਂ ਨੇ ਕੁਝ ਸੋਚ ਕੇ ਪੁੱਛਿਆ ਨਸੀਬ ਉਹ ਨਿਆਣੀ ਪੜਦੇ ਨੇ ਹਾਂ ਸਰਦਾਰਨੀਏ ਦੋਵੇਂ ਪੜਦੇ ਨੇ ਸ਼ਹਿਰ ਉਹ ਦਸਤੀ ਹੋਈ ਫਖਰ ਮਹਿਸੂਸ ਕਰ ਰਹੀ ਹੈ ਚੰਗੀ ਗੱਲ ਆ ਵੱਡੇ ਹੋ ਕੇ ਉੱਚੇ ਨੀਵੇਂ ਰਾਹਾਂ 'ਚੋਂ ਲੰਘਣਾ ਆ ਜਾਂਦਾ ਹੈ ਘਰ ਪਰਿਵਾਰ ਸੰਭਣ ਦੀ ਸਮਝ ਆ ਜਾਂਦੀ ਹੈ ਮਾਂ ਦੀ ਅਧੂਰੀ ਗੱਲ ਸੁਣ ਮੈਨੂੰ ਉੱਪਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੀ ਆ ਮੇਰੀਆਂ ਸੋਚਾਂ 'ਚ ਉਹਦੇ ਪਿਆਰ ਤੇ ਨਫ਼ਰਤ ਦਾ ਨਵਾਂ ਹੀ ਰੂਪ ਉੱਭਰਨ ਲੱਗਾ ਘੁੰਮਣਾਂ ਦੀ ਮਾਈ ਤਾਂ ਕਹਿੰਦੀ ਐ ਔਰਤ ਪਿਆਰ ਲਟਾਉਣ ਲੱਗਿਆਂ ਕੋਲ ਕੁਛ ਨਹੀਂ ਰੱਖਦੀ ਤੇ ਫਿਰ ਨੁੱਪਰ ਕਾਂਡ 15ਵਾਂ ਚਿੱਕੜ ਭਰਿਆ ਕਚਾਰਾ ਆਲੇ ਦੁਆਲੇ ਠੱਠੇ ਹੋਈ ਘਰ ਗੱਡਿਆਂ ਤੇ ਪੈਰਾਂ ਦੀਆਂ ਪੈੜਾਂ ਨੇ ਚਿੱਕੜ ਹੋਰ ਚਿੱਕਣਾ ਕਰ ਦਿੱਤਾ ਮੈਂ ਤੁਰ ਹੀ ਜਾ ਰਹੀ ਆ ਇੱਕ ਉਜਾੜ ਇਮਾਰਤ ਵਿੱਚ ਵੱਡਾ ਦਰਖਤ ਹੈ ਦਰਖਤ ਦੁਆਲੇ ਪੱਕਾ ਥੜਾ ਸੁੱਕੇ ਪੱਤੇਆਂ ਨਾਲ ਭਰਿਆ ਮੈਂ ਪੱਤੇ ਇਕੱਠੇ ਕਰਨ ਲੱਗੀਆਂ ਜਿੰਨੇ ਪੱਤੇ ਇਕੱਠੇ ਕਰਦੀ ਆਉਂਨੇ ਹੋਰ ਖਿੱਲਰਦੇ ਜਾਂਦੇ ਆ ਇੱਕ ਹੀ ਸੁਪਨਾ ਹੋਇਆ ਮੇਰੀ ਇੱਛਾ ਹੁੰਦੀ ਜ਼ਿੰਦਗੀ ਨੂੰ ਸਵਾਰਨ ਵਾਲੇ ਸੁਪਨੇ ਹੋਣ ਖੁਸ਼ਹਾਲ ਜ਼ਿੰਦਗੀ ਬਾਰੇ ਸੋਚ ਕੇ ਮੈਨੂੰ ਅਮਨ ਦਾ ਖਿਆਲ ਆਇਆ ਉਹਦਾ ਸਾਥ ਮਹਿਸੂਸ ਹੋਣ ਲੱਗਾ ਅੱਖਾਂ ਬੰਦ ਕਰਕੇ ਉਸ ਬਾਰੇ ਸੋਚਣ ਲੱਗੀ ਆ ਸੁਪਨੇ ਸਜਾਉਂਦੀਆਂ ਖਿਆਲ ਆਇਆ ਅੱਜ ਅਮਨ ਨੇ ਲੇਟ ਆਉਣਾ ਹੈ ਆਫਿਸ ਮੈਂ ਖੋਲਣਾ ਕੰਮ yaad ਆਉਂਦੀਆਂ ਟਾਈਮ ਵੇਖਿਆ ਕਾੜੀ ਨਾਲ ਉੱਠ ਕੇ ਤਿਆਰ ਹੋਣ ਲੱਗੀ ਆ ਆਫਿਸ ਪਹੁੰਚ ਕੇ ਅਮਨ ਦੀ ਖਾਲੀ ਕੁਰਸੀ ਖਟ ਕਰ ਰਹੀ ਹੈ ਦੁਪਹਿਰ ਹੋ ਗਈ ਉਹਨੂੰ ਉਡੀਕਦੀ ਦਰਵਾਜ਼ੇ ਵੱਲ ਵੇਖਦੀ ਆ ਉਸ ਤੋਂ ਬਿਨਾਂ ਖਾਲੀਪਣ ਦਾ ਅਹਿਸਾਸ ਸਤਾ ਰਿਹਾ ਹੈ। ਖਿਆਲਾਂ 'ਚ ਉਹਨੂੰ ਆਸ-ਪਾਸ ਮਹਿਸੂਸ ਕਰਨ ਲੱਗੀ ਹਾਂ। ਅੱਖਾਂ ਅੱਗੇ ਉਹਦਾ ਚਿਹਰਾ ਘੁੰਮਣ ਲੱਗਾ ਹੈ। ਬੁੱਲਾਂ 'ਤੇ ਮੁਸਕਰਾਟ ਫੈਲ ਗਈ। ਖਿਆਲਾਂ 'ਚ ਡੁੱਬੀ ਨੇ ਸਾਹਮਣੇ ਵੇਖਿਆ। ਅਮਨ ਖੜਾ ਮੁਸਕਰਾ ਰਿਹਾ ਹੈ। ਉਹਨੂੰ ਵੇਖ ਹੋਸ਼ ਚ ਆਈ। ਮਨ ਦੀ ਝਟਕਨ ਤੇ ਕਾਬੂ ਕਰਦਿਆਂ ਕੰਮ ਕਰਨ ਲੱਗੀ। ਆਪਣੇ ਆਪ ਨੂੰ ਸਮਝਾਉਣੀਆਂ ਕਰਾਂ। ਕੋਈ ਫਰੇਬ ਤੈਨੂੰ ਝਟਕਾ ਨਹੀਂ ਸਕਦਾ। ਤੇਰੇ ਰਸਤੇ 'ਚ ਪਿਆਰ ਨਾਂ ਦਾ ਕੋਈ ਪੜਾ ਨਹੀਂ। ਤੂੰ ਬਹੁਤ ਦੂਰ ਜਾਣਾ ਹੈ। ਅਗਲੇ ਪਲ ਮਨ ਗੁਲਾਬੀ ਸਦਰਮ ਪਾਲਣ ਲੱਗਦਾ ਹੈ ਆਪਣੇ ਆਪ ਤੋਂ ਹਾਰਨ ਲੱਗਦੀਆਂ ਜ਼ਿੰਦਗੀ ਦੀ ਲੰਬੀ ਲੜਾਈ 'ਚ ਸਹਾਰੇ ਦੀ ਲੋੜ ਮਹਿਸੂਸ ਹੁੰਦੀ ਹੈ ਜਿਸ ਅੱਗੇ ਮਨ ਦੇ ਭਾਰ ਲਾ ਸਕਾਂ ਸਭ ਕੁਝ ਭੁਲਾ ਕੇ ਪਿਆਰ ਦੇ ਰੰਗ 'ਚ ਰੰਗੀ ਜਾਵਾਂ ਮਾਂ ਦੀ ਖਾਲੀ ਫੋਟੋ ਪਿੱਛਾ ਕਰਨ ਲੱਗੀ ਐ ਉਹਦੀ ਫੋਟੋ 'ਚ ਆਪਣੇ ਆਪ ਨੂੰ ਵੇਖਣ ਲੱਗੀ ਆ ਫੋਟੋ ਵਿੱਚਲੀ ਖਾਲੀ ਥਾਂ ਭਰਨ ਲਈ ਸਾਥੀ ਦੀ ਤਲਾਸ਼ ਕਰਨ ਲੱਗੀ ਤਲਾਸ਼ ਪੂਰੀ ਹੋ ਗਈ ਮੇਰੇ ਨਾਲ ਅਮਨ ਬੈਠਾ ਮੈਂ ਉਹਦੇ ਪਿਆਰ ਸਾਹਮਣੇ ਹਾਰ ਗਈਆਂ ਕੰਨਾਂ 'ਚ ਆਵਾਜ਼ ਗੂੰਜੀ ਐ ਹਾਰਨਾ ਕਮਜ਼ੋਰੀ ਐ ਮੈਂ ਕਮਜ਼ੋਰ ਨਹੀਂ ਖਿਆਲਾਂ ਦੇ ਸੰਸਾਰ ਤੋਂ ਨਿਕਲ ਕੇ ਆਪਣੇ ਆਪ ਨੂੰ ਕਿਹਾ ਆਂਟੀ ਦਾ ਫੋਨ ਆ ਰਿਹਾ ਮੈਂ ਫੋਨ ਚੁੱਕਿਆ ਫੋਨ ਕੱਟਿਆ ਗਿਆ ਸਕਰੀਨ ਤੇ ਵੀਰੇ ਦਾ ਨੰਬਰ ਫਲੈਸ਼ ਹੋਣ ਲੱਗਾ ਮੈਂ ਘਬਰਾ ਕੇ ਫੋਨ ਚੁੱਕਿਆ ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਕਾਲੀ ਨਾਲ ਬੋਲਿਆ ਕਰਮ ਮੈਂ ਕੁਝ ਦਿਨ ਫੋਨ ਨਹੀਂ ਕਰ ਸਕਦਾ ਮੈਂ ਮੇਮ ਤੋਂ ਖੇੜਾ ਚ ਡਾਣ ਲਈ ਮੈਂ ਸ਼ਹਿਰ ਤੇ ਕਾਲਜ ਬਦਲਿਆ ਤੁਸੀਂ ਫਿਕਰ ਨਾ ਕਰਨਾ ਮੌਕਾ ਮਿਲਣ ਤੇ ਮੈਂ ਆਪ ਫੋਨ ਕਰਾਂਗਾ ਮੇਰੀ ਗੱਲ ਸੁਣੇ ਬਿਨਾ ਉਹਨੇ ਫੋਨ ਕੱਟ ਦਿੱਤਾ ਮੈਂ ਪੱਥਰ ਬਣ ਬੈਠੀ ਆ ਸਮਝ ਨਹੀਂ ਆ ਰਹੀ ਉਲਝਣ ਚ ਫਸੀ ਆ ਆਂਟੀ ਦਾ ਫੋਨ ਫੇਰ ਆ ਰਿਹਾ ਕਰਮ ਜਲਦੀ ਘਰ ਆ ਬੇਟਾ ਨੂੰ ਪਰ ਮੋਹਿਤ ਨਾਲ ਲੜ ਕੇ ਘਰ ਵਾਪਸ ਆ ਗਈ ਹੈ ਉਹਦੀ ਗੱਲ ਸੁਣ ਪੈਰਾਂ ਹੇਠ ਜ਼ਮੀਨ ਖਿਸਕਣ ਲੱਗੀ ਹੈ ਉਹ ਕਬਰਾਈ ਹੋਈ ਹੈ ਮੈਂ ਕੋਈ ਜਵਾਬ ਨਹੀਂ ਦਿੱਤਾ ਉਹਨੇ ਫੋਨ ਕੱਟ ਦਿੱਤਾ ਮੈਂ ਕੁਰਸੀ ਤੇ ਢੋਲ ਆਈ ਨਿਡਾਲ ਬੈਠ ਗਈ ਆ ਕਰਮ ਮੈਂ ਕੁਝ ਮਹੀਨਿਆਂ ਲਈ ਵਿਦੇਸ਼ ਜਾ ਰਿਹਾ ਅਮਨ ਦੀ ਆਵਾਜ਼ ਸੁਣ ਕੇ ਮੈਂ ਤ੍ਰਬਕੇ ਕੁਰਸੀ ਤੋਂ ਉੱਠੀ ਆਂ ਅਸਲ 'ਚ ਮੇਰੀ ਮੈਰਿਜ ਦੀ ਗੱਲ ਚੱਲ ਰਹੀ ਇਸ ਲਈ ਵੱਧ ਸਮਾਂ ਵੀ ਲੱਗ ਸਕਦਾ ਮੈਂ ਫੁੱਟੀਆਂ ਅੱਖਾਂ ਨਾਲ ਉਸ ਵੱਲ ਵੇਖ ਰਹੀ ਆਂ ਉਹਦੀ ਗੱਲ ਸੁਣ ਕੇ ਦਿਮਾਗ ਨੇ ਸੋਚਣਾ ਬੰਦ ਕਰ ਦਿੱਤਾ ਕੰਨ ਸੁਣਨਾ ਬੰਦ ਕਰ ਰਹੇ ਐ ਗਲੇ 'ਚ ਆਵਾਜ਼ ਨਹੀਂ ਨਿਕਲ ਰਹੀ ਕੁਰਸੀ ਦਾ ਸਹਾਰਾ ਲੈ ਕੇ ਖੜੀ ਆਂ ਕੁਝ ਜ਼ਰੂਰੀ ਫੈਸਲੇ ਨੇ ਜਿਹੜੀਆਂ ਜਲਦੀ ਨਿਬੇੜਣੀਆਂ ਨੇ ਮੇਰੇ ਪਿੱਛੋਂ ਆਫਿਸ ਦੀ ਸਾਰੀ ਜ਼ਿੰਮੇਵਾਰੀ ਤੇਰੀ ਹੋਏਗੀ ਉਹਨੇ ਟੇਬਲ ਤੇ ਫਾਈਲਾਂ ਰੱਖ ਦੇ ਹੁਕਮ ਦਿੱਤਾ ਉਦਾ ਹੁਕਮ ਸੁਣ ਮੇਰਾ ਦਿਲ ਟੁਕੜੇ ਟੁਕੜੇ ਹੋ ਕੇ ਬिखर ਗਿਆ ਦਿਮਾਗ ਚ ਮਾਂ ਤੇ ਨਾਨੀ ਦੀਆਂ ਗੱਲਾਂ ਘੁੰਮਣ ਲੱਗੀਆਂ ਬੀਜੀ ਮੈਨੂੰ ਅਜੀਬ ਜਿਹਾ ਸੁਪਨਾ ਆਇਆ ਇੱਕ ਤੰਗ ਪਹਾੜੀ ਰਸਤੇ ਤੇ ਰੇਲ ਦੀ ਪਟੜੀ ਵਿਛੀ ਹੋਈ ਹੈ ਉਸ ਉੱਤੇ ਕਿੰਚਨ ਕਈ ਡੱਬੇ ਖਿੱਚੀ ਲਿਜਾ ਰਿਹਾ ਹੈ ਅਚਾਨਕ ਰਸਤਾ ਤੰਗ ਹੋਣ ਲੱਗਾ ਡੱਬੇ ਪਹਾੜਾਂ ਚ ਨਪੀੜੇ ਜਾਣ ਲੱਗੇ ਇੱਕ ਡੱਬੇ ਚ ਕਰਮ ਉਹਨੇ ਡੱਬੇ ਚੋਂ ਬਾਹਰ ਛਾਲ ਮਾਰ ਦਿੱਤੀ ਡਿੱਗਦਿਆਂ ਹੋਇਆਂ ਉਹਦਾ ਹੱਥ ਧਰਖ ਦੀ ਟਾਣੀ ਨੂੰ ਪੈ ਗਿਆ ਉਹ ਬਚ ਗਈ ਮੁਸੀਬਤਾਂ ਦੇ ਪਹਾੜ ਟੁੱਟ ਰਹੇ ਨੇ ਸਭ ਕਰਮ ਦਾ ਹੀ ਮੂੰਹ ਤੱਕਦੇ ਨੇ ਉਹਨੇ ਬਚ ਕੇ ਨਿਕਲਣਾ ਹੀ ਹੋਇਆ ਸੁਪਨਾ ਸੁਣ ਕੇ ਨਾਨੀ ਨੇ ਜਵਾਬ ਦਿੱਤਾ ਉਹਦੀ ਸਿਆਣਪ ਮੈਨੂੰ ਤੱਕ ਰਹੀ ਹੈ ਮੇਰੀ ਚੁੱਪ ਦਿਖਾਈ ਨਹੀਂ ਦੇ ਰਹੀ ਖਿਆਲਾਂ 'ਚੋਂ ਨਿਕਲ ਅਮਨਵਲ ਵੇਖ ਕੇ ਮੁਸਕਰਾਉਣ ਦੀ ਕੋਸ਼ਿਸ਼ ਕਰ ਰਹੀ ਆਂ ਝੂਠੀ ਮੁਸਕਰਾੜ ਦਾ ਮਖੌਟਾ ਪਾ ਕੇ ਕੰਮ ਕਰਨ ਲੱਗੀ ਆਂ ਆਫਿਸ ਤੋਂ ਨਿਕਲਦੇ ਐ ਇਹ ਮਖੌਟਾ ਰਾਹ ਵਿੱਚ ਕਿਧਰੇ ਡਿੱਗ ਪਿਆ ਉਹਦੀ ਥਾਂ ਮਾਂ ਦੀ ਖਾਲੀ ਫੋਟੋ ਨੇ ਮਲ ਲਈ ਹੈ ਕਾਰ ਪਹੁੰਚ ਕੇ ਮਾਂ ਦਾ ਚਿਹਰਾ ਵੇਖਣ ਲੱਗੀ ਆ ਉਹ ਮੇਰੇ ਨਾਲ ਨੁੱਪਰ ਦੀ ਗੱਲ ਕਰਨ ਲੱਗੀ ਐ ਮੈਂ ਉਹਨੂੰ ਵਿੱਚ ਹੀ ਟੋਕੇ ਕਿ ਮਾਂ ਮੈਨੂੰ ਆਂਟੀ ਨੇ ਦੱਸ ਦਿੱਤਾ ਉਹ ਸੋਚਾਂ 'ਚ ਡੁੱਬ ਗਈ ਮੈਂ ਹੌਸਲਾ ਕਰਕੇ ਬੋਲੀ ਮਾਂ ਇੱਕ ਗੱਲ ਹੋਰ ਸੁਣ ਮੈਨੂੰ ਤੇਰੇ ਸਾਥ ਦੀ ਬਹੁਤ ਲੋੜ ਆ ਵਾਦਾ ਕਰ ਸੁਣ ਕੇ ਡੋਲेंगी ਨਹੀਂ ਉਹ ਡਰਿਆਂ ਵਾਂਗ ਮੇਰੇ ਵੱਲ ਵੇਖ ਰਹੀ ਐ ਵੀਰੇ ਨੇ ਮੇਮ ਤੋਂ ਚੋਰੀ ਕਾਲਜ ਤੇ ਸ਼ਹਿਰ ਬਦਲ ਲਿਆ ਆਪਾਂ ਉਸ ਨਾਲ ਗੱਲ ਨਹੀਂ ਕਰ ਸਕਦੀਆਂ ਟਾਈਮ ਮਿਲਣ ਤੇ ਉਹ ਫੋਨ ਕਰਿਆ ਕਰੇਗਾ ਉਹ ਹੱਕੀ ਬੱਕੀ ਹੋ ਗਈ ਮੈਂ ਚੁੱਪਾਂ ਬੋਲਣ ਲਈ ਕੁਝ ਨਹੀਂ ਬਚਿਆ ਇੱਕ ਦੂਜੇ ਤੋਂ ਅੰਦਰ ਆਪਣਾ ਅੰਦਰ ਲੁਕਾ ਰਹੀਆਂ ਨਾਨੀ ਦਾ ਹੌਸਲਾ ਸਾਨੂੰ ਡਿੱਗਣ ਤੋਂ ਬਚਾ ਰਿਹਾ ਹੈ ਵੀਰੇ ਦਾ ਫਿਕਰ ਘਰ ਦੇ ਮਾਹੌਲ ਚ ਘੁੰਮਣ ਲੱਗਾ ਨੂਪਰ ਦੇ ਸੁਪਨਿਆਂ ਦਾ ਸਵਰਗ ਟੁੱਟ ਗਿਆ ਸੋਚਾਂ ਨੇ ਅੱਖਾਂ ਵਿੱਚ ਲਈ ਨੀਂਦ ਉਡਾ ਦਿੱਤੀ ਹੈ ਮੈਂ ਸ਼ੀਸ਼ੇ 'ਚ ਆਪਣਾ ਚਿਹਰਾ ਵੇਖ ਡਰ ਜਾਂਦੀ ਹਾਂ ਕਿਤੇ ਮੇਰੀਆਂ ਅੱਖਾਂ ਵੀ ਉਨੀਂਦੀਆਂ ਨਹੀਂ ਮੈਂ ਉਨੀਂਦੀਆਂ ਅੱਖਾਂ ਨਾਲ ਸੁਪਨੇ ਨਹੀਂ ਵੇਖਣੇ ਮੈਂ ਤਾਂ ਘੁੰਮਣਾਂ ਦੀ ਮਾਈ ਵਾਂਗ ਜਾਗ ਦੀ ਅੱਖ ਨਾਲ ਸੁਪਨੇ ਵੇਖਣੇ ਆ। ਜਾਗ ਦੀਆਂ ਅੱਖਾਂ ਦੇ ਸੁਪਨੇ ਸਭ ਦੀਆਂ ਖੁਸ਼ੀਆਂ ਚ ਵਿਖਾਈ ਦਿੰਦੇ ਨੇ। ਇੱਕ ਆਵਾਜ਼ ਕੰਨਾਂ ਚ ਗੂੰਜੀ ਐ। ਮੇਰੇ ਆਲੇ ਦੁਆਲੇ ਦਾ ਕੋਈ ਵੀ ਖੁਸ਼ ਨਹੀਂ। ਸੋਚਾਂ ਚ ਨਾਨਾ ਜੀ ਦੀਆਂ ਚਿੱਠੀਆਂ ਦੀ ਲੜੀ ਤੁਰਨ ਲੱਗੀ ਐ। ਸਾਹਮਣੇ ਮੰਜ਼ਿਲ ਦਿਸ ਰਹੀ ਐ ਵਿਚਕਾਰ ਅੱਗ ਦਾ ਦਰਿਆ। ਮੈਂ ਚਿੱਠੀਆਂ ਖੋਲ੍ਹ ਲਈਆਂ ਹਨ। ਚਿੱਠੀਆਂ ਪੜਦੀ ਅੱਗ ਦੇ ਦਰਿਆ ਚ ਵੜ ਗਈਆਂ। ਅੱਗ ਦਾ ਦਰਿਆ ਲੋਪ ਹੋਣ ਲੱਗਾ। ਮਾਂ ਪਾਪਾ ਨਾਨੀ ਆਂਟੀ ਵੀਰੇ ਤੇ ਨੂਪਰ ਦੀਆਂ ਅਧਮੋਈਆਂ ਸਦਰਾਂ ਦੀ ਅੱਗ ਨੇ ਬਾਹਰੀ ਅੱਗ ਨੂੰ ਠੰਡਾ ਕਰ ਦਿੱਤਾ। ਮੈਂ ਜ਼ਿੰਮੇਵਾਰੀਆਂ ਨਿਭਾਉਣ ਦਾ ਵਾਅਦਾ ਕੀਤਾ ਹੁਣ ਇਹਨਾਂ ਤੋਂ ਭੱਜ ਨਹੀਂ ਸਕਦੀ। ਸੋਚਾਂ ਦੀ ਪੰਡ ਲੈ ਕੇ ਆਫਿਸ ਜਾਨੀ ਆਂ। ਆਫਿਸ ਤੋਂ ਕਦੋਂ ਘਰ ਆ ਜਾਨੀ ਆ ਕੁਝ ਪਤਾ ਨਹੀਂ ਲੱਗਦਾ। ਮੌਸਮ ਬਦਲ ਰਿਹਾ ਹੈ ਠੰਡ ਵਧਣ ਲੱਗੀ ਹੈ ਨਾਨੀ ਠੰਡ ਕਾਰਨ ਅੰਦਰ ਬੈਠੀ ਹੈ। ਮੈਂ ਉਸ ਕੋਲ ਬੈੱਡ ਤੇ ਆ ਪਈ ਆ ਮਾਲ ਮਾਰੀ ਚ ਪਈ ਆ ਕਿਤਾਬਾਂ ਸਾਫ਼ ਕਰਕੇ ਰੱਖ ਰਹੀ ਹੈ। ਕਿਤਾਬਾਂ ਚੋਂ ਇੱਕ ਕਾਗਜ਼ ھیਠਾਂ ਡਿੱਗਾ ਉਹਨੇ ਵੇਖਿਆ ਨਹੀਂ ਨਾਨੀ ਨੇ ਮਾਂ ਨੂੰ ਪੁੱਛਿਆ ਪੁੱਤ ਬਾਹਰ ਹਨੇਰਾ ਹੋ ਗਿਆ ਅਜੇ ਤਾਂ ਸ਼ਾਮ ਐ ਬੀਜੀ ਉਹ ਬਾਹਰ ਵੇਖਦੀ ਬੋਲੀ ਐ ਉਹਨਾਂ ਦੀਆਂ ਗੱਲਾਂ ਸੁਣਦਿਆਂ ਲੱਗਾ ਜਿਵੇਂ ਸਾਰਾ ਹਨੇਰਾ ਮੇਰੇ ਅੰਦਰ ਇਕੱਠਾ ਹੋ ਰਿਹਾ ਹੈ ਹਨੇਰੇ ਚਮਨ ਮੇਰੇ ਕੋਲ ਖੜਾ ਹੈ ਮੈਂ ਉਸ ਕੋਲ ਵੇਖ ਕੇ ਮੁਸਕਰਾਈ ਐ ਉਹਦਾ ਹੱਥ ਮੇਰੇ ਵੱਲ ਵੱਧ ਰਿਹਾ ਹੈ ਮੈਂ ਆਪਣੇ ਹੱਥਾਂ ਵੱਲ ਵੇਖਿਆ ਹੱਥਾਂ ਤੇ ਮਹਿੰਦੀ ਨਹੀਂ ਬਾਹਾਂ 'ਚ ਚੂੜਾ ਨਹੀਂ ਮੈਂ ਸੁਹਾਗਣ ਨਹੀਂ ਹਾਂ ਕਿੰਜ ਹੋ ਸਕਦੀ ਹਾਂ ਮੈਂ ਤਾਂ ਇੱਕ ਪ੍ਰੇਮਿਕਾ ਮੈਂ ਕਬਰਾ ਕੇ ਖਿੜਕੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹੈ ਇੱਕ ਦਰਵਾਜ਼ਾ ਖੁੱਲਾ ਰਹਿ ਗਿਆ ਉੱਠ ਕੇ ਵੇਖਦੀਆਂ ਹੱਥਾਂ ਤੇ ਮਹਿੰਦੀ ਲੱਗਣ ਦਾ ਖਿਆਲ ਆਉਂਦਾ ਹੈ ਹੱਥਾਂ ਵੱਲ ਵੇਖਦੀਆਂ ਹੱਥ ਗੰਦੇ ਹਨ ਇਹਨਾਂ ਤੇ ਮਹਿੰਦੀ ਕਿਵੇਂ ਲਾਵਾਂ ਟੂਟੀ ਤੇ ਜਾ ਕੇ ਧੋਣ ਲੱਗੀਆਂ ਤੋਤੇ ਹੱਥ ਅੱਜ ਵੀ ਗੰਦੇ ਹਨ ਸੋਚ ਕੇ ਫੇਰ ਧੋਣ ਲੱਗਦੀਆਂ ਕਰਮ ਖਾਲੀ ਹੱਥਾਂ ਨੂੰ ਕਿੰਨੀ ਕ ਵਾਰ ਧੋẽਗੀ ਨਾਨੀ ਮੇਰੀਆਂ ਹਰਕਤਾਂ ਵੇਖ ਬੋਲੀਏ ਉਹਦੀ ਗੱਲ ਸੁਣ ਕੇ ਬੈਠ ਗਈਆਂ ਕਿਤਾਬਾਂ ਚੋਂ ਡਿੱਗੇ ਕਾਗਜ਼ ਦਾ ਖਿਆਲ ਆਇਆ ਉਹਨੂੰ ਚੁੱਕ ਕੇ ਸਰਾਣੀ ਹੇਠ ਰੱਖ ਲਿਆ ਖਿਆਲਾਂ ਦੀ ਹਨੇਰੀ ਚ ਸੌਣਾ ਜਾਗਣਾ ਭੁੱਲ ਗਈਆਂ ਅੱਧੀ ਰਾਤ ਉੱਠ ਕੇ ਉਹੀ ਕਾਗਜ਼ ਕੱਢ ਪੜਨ ਲੱਗੀਆਂ ਉਹਨੂੰ ਪੜਦਿਆਂ ਸਰੀਰ ਸੁੰਨ ਹੋ ਗਿਆ ਰੋਂਦੀ ਰੋਂਦੀ ਸੌਂ ਗਈ ਵੀਰੇ ਅੰਦਰ ਉੱਠਦੇ ਉਬਾਲ ਸ਼ਬਦ ਬਣ ਕੇ ਅੱਖਾਂ ਅੱਗੇ ਤੈਰ ਰਹੇ ਹਨ ਸੁਪਨਿਆਂ ਨੂੰ ਤਾਸ਼ ਦੇ ਪੱਤਿਆਂ ਵਾਂਗ ਖਿਰ ਬਿਖਰਦੇ ਵੇਖ ਰਹੀਆਂ ਉੱਡ ਕੇ ਆਫਿਸ ਪਹੁੰਚਣ ਦੀ ਤਮੰਨਾ ਖਤਮ ਹੋ ਗਈ ਸਿਰਫ ਫਰਜ਼ ਬਾਕੀ ਹੈ ਕਦੇ-ਕਦੇ ਲੱਗਦਾ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਜਾਂ ਸੋਚਣ ਸ਼ਕਤੀ ਖਤਮ ਹੋ ਗਈ। ਸ਼ਕਤੀਹੀਣ ਹੋ ਕੇ ਇੱਕ ਥਾਂ ਖੜ ਗਈਆਂ। ਸੋਚਾਂ ਖੜਾਂ ਛੱਡ ਰਹੀਆਂ ਹਨ। ਬਿਨਾ ਬੋਲੇ ਕਈ-ਕਈ ਘੰਟੇ گزارਦਿੰਦੀਆਂ, ਰਿਸ਼ਤੇ ਭੁਰ ਰਹੇ ਹਨ। ਸਭ ਕੁਝ ਹੱਥਾਂ ਚੋਂ ਕਿਰ ਰਿਹਾ। ਮੈਂ ਕਿਸੇ ਨੂੰ ਖੁਸ਼ੀਆਂ ਨਹੀਂ ਦੇ ਸਕੀ। ਇਹ ਟੁੱਟ ਭੱਜ ਮੈਨੂੰ ਤੋੜ ਰਹੀ ਹੈ। ਰਿਸ਼ਤਿਆਂ ਦੀ ਉਹ ਨੀਂਦੀ ਅੱਖ ਦੇ ਸੁਪਨੇ ਮੇਰੇ ਤੇ ਭਾਰੂ ਹੋ ਗਏ ਹੈ। ਮੈਨੂੰ ਵੇਖ ਮਾਨ ਠੰਡੇ ਹੋ ਕੇ ਭਰਦੀ ਹੈ। ਉਹ ਜਾਣ ਗਈ ਹੈ ਕਿ ਗੁੱਜੀਆਂ ਸੱਟਾਂ ਮੇਰਾ ਖੂਨ ਸਾੜ ਰਹੀਆਂ। ਉਦੇ ਸੁਪਨੇ ਪੂਰੇ ਕਰਨ ਦੇ ਦਾਅਵੇ ਕਰਨ ਵਾਲੀ ਖੁਰ ਰਹੀ ਹੈ ਵੀਰੇ ਦੀ ਕੋਈ ਖਬਰ ਨਹੀਂ ਨੂਪਰ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ ਆਂਟੀ ਮਾਂ ਨੂੰ ਮੇਰੇ ਨਾਲ ਫਿਕਰ ਕਰਨ ਵਾਲੀਆਂ ਗੱਲਾਂ ਕਰਨ ਤੋਂ ਰੋਕਦੀ ਹੈ ਮੇਰੀ ਉਦਾਸੀ ਸਭ ਨੂੰ ਸਤਾਉਂਦੀ ਹੈ ਮਾਂ ਇਹਦਾ ਹੱਲ ਲੱਭਣ ਪੰਡਤ ਕੋਲ ਜਾਂਦੀ ਹੈ ਕਈ ਦਿਨਾਂ ਬਾਅਦ ਆਫਿਸ ਆਈਆਂ ਬਹੁਤ ਕਮਜ਼ੋਰੀ ਮਹਿਸੂਸ ਹੋਣ ਲੱਗੀ ਹੈ ਆਫਿਸ ਬੰਦ ਕਰ ਦੁਪਹਿਰ ਤੋਂ ਪਹਿਲਾਂ ਘਰ ਨੂੰ ਚੱਲ ਪਈਆਂ ਘਰ ਪਹੁੰਚਣ ਤੱਕ ਸਰੀਰ ਠੰਡ ਨਾਲ ਠਰ ਗਿਆ ਵੇੜੇ ਤੇਜ਼ ਧੁੱਪ ਚਮਕ ਰਹੀ ਹੈ ਕੰਦ ਨਾਲ ਖੜਾ ਮੰਜਾ ਧੁੱਪ ਚ ਡਾ ਕੇ ਪੈ ਗਈ। ਮੋਢਿਆਂ ਤੋਂ ਸ਼ਾਲ ਲਾ ਕੇ ਸਿਰ ਤੇ ਲਪੇਟ ਲਿਆ। ਮਾਂ ਮੈਨੂੰ ਆਵਾਜ਼ਾਂ ਮਾਰ ਰਹੀ ਹੈ, ਉਹਦੀ ਆਵਾਜ਼ ਬੜੀ ਦੂਰੋਂ ਆਉਂਦੀ ਸੁਣਦੀ ਹੈ। ਉਹਨੇ ਮੇਰੇ ਤੇ ਕੰਬਲ ਪਾ ਦਿੱਤਾ ਧੁੱਪ ਅੱਗੇ ਲੰਘ ਗਈ, ਮੈਨੂੰ ਹੋਠ ਠੰਡ ਮਹਿਸੂਸ ਹੋਈ। ਮੈਂ ਉੱਠੀ ਆਂ, ਮਾਂ ਨੇ ਬੁਲਾਇਆ, ਮੈਂ ਜਵਾਬ ਨਹੀਂ ਦਿੱਤਾ। ਮੰਜੇ ਤੱਕ ਮੱਸਾਂ ਪਹੁੰਚੀ ਆਂ, ਮੰਜੇ ਤੇ ਡਿੱਗਦਿਆਂ ਨੀਂ ਮੋਹਬੇਹੋਸ਼ੀ ਚ ਚਲੀ ਗਈ ਐ। ਮੇਰਾ ਸਰੀਰ ਮਿੱਟੀ ਦੀ ਢੇਰੀ ਬਣ ਗਿਆ, ਆਤਮਾ ਕਿਤੇ ਦੂਰ ਉੱਡਦੀ ਜਾ ਰਹੀ ਐ। ਅੰਦਰੋਂ ਸਰੀਰ ਤੜਫਣ ਲੱਗਾ ਏ ਇਸ ਤੜਪ ਦਾ ਅਹਿਸਾਸ ਡੂੰਘੇ ਪਾਣੀ 'ਚ ਡੁੱਬਦੇ ਜਿਸਮ ਵਾਂਗ ਹੈ ਜੋ ਜਾਨ ਬਚਾਉਣ ਲਈ ਜ਼ੋਰ-ਜ਼ੋਰ ਦੀ ਹੱਥ-ਪੈਰ ਮਾਰਦਾ ਹੈ ਜਦੋਂ ਸਾਰੀਆਂ ਕੋਸ਼ਾਂ ਨਾਕਾਮ ਹੋ ਜਾਂਦੀਆਂ ਤਾਂ ਡੂੰਘੇ ਪਾਣੀ ਦੇ ਹੀਠਾਂ ਹੀ ਹੀਠਾਂ ਡੁੱਬਦਾ ਜਾਂਦਾ ਹੈ ਤੜਪਦਾ ਸਰੀਰ ਕਿਸੇ ਨੂੰ ਦੇਖ ਰਿਹਾ ਉਹਨੂੰ ਵਿਸ਼ਵਾਸ ਹੈ ਕਿ ਆਤਮਾ ਜ਼ਰੂਰ ਵਾਪਸ ਆਉਗੀ ਉਹਦੀ ਰੂਹ ਦਾ ਕੋਈ ਸਾਥੀ ਉਹਨੂੰ ਲੱਭਦਾ ਹੋਇਆ ਉਸ ਕੋਲ ਆ ਜਾਏਗਾ ਆਤਮਾ ਦੀ ਵਾਪਸੀ ਦਾ ਖਿਆਲ ਆਉਂਦਿਆਂ ਹੀ ਇੱਕ ਹੱਥ بے ਜਾਨ ਸਰੀਰ ਵੱਲ ਵਧਿਆ ਹੈ ਹੱਥ ਦੀ ਛੋਹ ਨਾਲ ਸਰੀਰ 'ਚ ਹਰਕਤ ਹੋਈ ਹੈ ਬੰਦ ਧੜਕਣ ਚੱਲ ਪਈ ਹੈ ਨੀਂਦ ਬੇਹੋਸ਼ੀ ਵਿੱਚ ਰੂਹ ਦਾ ਸਾਥੀ ਸਾਹਮਣੇ ਕੁਰਸੀ ਤੇ ਬੈਠਾ ਦਿਸ ਰਿਹਾ ਹੈ ਅੱਖਾਂ ਖੁੱਲ ਗਈਆਂ ਕੁਰਸੀ ਵੱਲ ਵੇਖਿਆ ਕੁਰਸੀ ਖਾਲੀ ਹੈ ਸਰੀਰ ਨੂੰ ਹੱਥ ਨਾਲ ਟੋਣ ਲੱਗੇ ਆ ਸਰੀਰ ਕੰਬਣ ਲੱਗਾ ਕੋਲ ਪਈ ਰਜਾਈ ਖਿੱਚ ਕੇ ਉੱਪਰ ਲੈ ਲਈ ਨਿੱਗ ਨਾਲ ਸਰੀਰ ਗਰਮਾਉਣ ਲੱਗਾ ਹੋਸ਼ ਵਾਪਸ ਆਉਣ ਲੱਗੀ ਹੈ ਕੁਰਸੀ ਤੇ ਬੈਠੇ ਆਦਮੀ ਨੂੰ ਯਾਦ ਕਰਨ ਲੱਗੀ ਆ ਇਹ ਹੱਥ ਵਧਾਉਣ ਵਾਲਾ ਕੌਣ ਹੈ ਕਿੱਥੋਂ ਆਇਆ ਹੈ ਇਹ ਕਿਉਂ ਆਇਆ ਕਈ ਸਵਾਲ ਦਿਮਾਗ 'ਚ ਘੁੰਮਣ ਲੱਗੇ ਹਨ ਮੈਂ ਹੱਥ ਫੜਨ ਵਾਲੇ ਨੂੰ ਸਵਾਲ ਪੁੱਛ ਰਹੀ ਆ ਪਰ ਉਹ ਜਵਾਬ ਨਹੀਂ ਦੇ ਰਿਹਾ ਮੈਂ ਸਵਾਲਾਂ 'ਚ ਡੁੱਬਣ ਲੱਗੀ ਆ ਅੱਖਾਂ ਅਗੇ ਨਿਹਰਾਉਣ ਲੱਗਾ ਵਾਪਸ ਪਰਤੀ ਹੋਸ਼ ਫਿਰ ਗੁੰਮ ਹੋਣ ਲੱਗੀ ਏ ਧੰਨਵਾਦ